ਸਲਾਮ ਅਲੈਕਮ ਜੀ। ਠੀਕ ਠਾਕ ਹੋ? ਅੱਛਾ, ਇਹ ਕਿਹੜਾ ਪਿੰਡ ਜਿੱਥੇ ਤੁਸੀਂ ਰਹਿ ਰਹੇ ਹੋ? ਇੱਥੇ ਬੁੱਢੀ ਪਿੰਡ ਹੈ ਜੀ। ਬੁੱਢੀ ਪਿੰਡ, ਇਹਦੀ ਤਹਿਸੀਲ? ਤਹਿਸੀਲ ਗੋਆ, ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਅਤੇ ਤੁਸੀਂ ਮੁਸਲਮਾਨ ਹੋ? ਹਾਂ ਜੀ। ਕੀ ਨਾਂ ਆਪਣਾ? ਅੱਲਾਹ ਦਿੱਤਾ। ਅਤੇ ਤੁਹਾਡੇ ਵਾਲਦ ਦਾ? ਉਹਦਾ ਜੀਜ ਮੁਹੰਮਦ। ਜੀਜ ਮੁਹੰਮਦ। ਹਾਂ ਜੀ। ਅਤੇ ਦਾਦਾ ਜੀ ਦਾ? ਦਾਦਾ ਜੀ ਦਾ ਨਹੀਂ ਪਤਾ ਜੀ, ਉਹ ਕਿਤੇ। ਠੀਕ। ਜਿਹੜੇ ਤੁਹਾਡੇ ਪਿਤਾ ਜੀ ਸੀ ਜੀਜ ਮੁਹੰਮਦ ਵਾਲਦ, ਹੈਂਜੀ, ਉਹਦਾ ਨਾਂ ਸੀ ਮੰਗਾ ਸਾਡੇ ਬਾਬੇ ਦਾ। ਅੱਛਾ, ਠੀਕ ਹੈ। ਜਿਹੜੇ ਵਾਲਦ ਸਾਡੇ ਤੁਹਾਡੇ ਸੀ ਜਦੋਂ ਪਾਕਿਸਤਾਨ ਬਣਿਆ? ਹਾਂਜੀ। ਉਦੋਂ ਜਵਾਨ ਸਨ ਉਹ? ਉਦੋਂ ਤਕੜੇ ਨਹੀਂ ਸਨ, 13-14 ਸਾਲ ਦੇ ਸੀਗੇ, 14-15 ਸਾਲ ਦੇ ਸੀਗੇ ਡੈਡੀ ਜੀ। ਠੀਕ ਹੈ। ਜਦੋਂ ਰੌਲੇ ਪਏ, ਮੁਸਲਮਾਨ ਬਹੁਤੇ ਚਲੇ ਗਏ ਉੱਧਰ, ਕਿੰਨੇ ਘਰ ਸਨ ਤੁਹਾਡੇ ਉੱਥੇ? ਇੱਥੇ ਇੱਕੋ ਘਰ ਬਚਾ ਕੇ, ਇੱਕੋ ਤਿੰਨ ਭਰਾ ਸੀਗੇ ਜੀ ਉਹ। ਹਾਂ, ਕੀ ਨਾਂ ਸੀ ਭਰਾਵਾਂ ਦੇ? ਉਹਨਾਂ ਦਾ ਇੱਕ ਨਾਂ ਠਫੈਰ ਸੀਗਾ, ਇੱਕ ਦਾ ਨਾਂ ਜੀ ਸੀਗਾ, ਇੱਕ ਦਾ ਨਾਂ ਸਫੀ ਸੀਗਾ। ਅੱਛਾ ਜੀ। ਹਾਂਜੀ। ਅਤੇ ਕਿਸ ਤਰ੍ਹਾਂ ਰਹਿ ਗਏ ਤੁਸੀਂ, ਨਹੀਂ ਗਏ ਪਾਕਿਸਤਾਨ? ਲੋਕਾਂ ਨੇ ਰੱਖ ਲਿਆ, ਉਹਦੇ ਬਾਬਾ ਜਿਹੜਾ ਸਾਡਾ ਮੰਗਾ ਸੀਗਾ ਉਹਨੂੰ ਦਮੇ ਦੀ ਕਸਰ ਸੀਗੀ। ਅੱਛਾ ਜੀ। ਉਹ ਰੱਖ ਲਿਆ ਸੀ। ਅਤੇ ਪਿੰਡ ਵਾਲਿਆਂ ਨਾਲ ਪਿਆਰ ਬੜਾ ਸੀ, ਉਹ ਨਹੀਂ ਜਾਣ ਦਿੱਤਾ? ਨਹੀਂ ਜਾਣ ਦਿੱਤਾ, ਨਾਲੇ ਪੂਰੀ ਰਾਖੀ ਕੀਤੀ? ਪੂਰੀ ਰਾਖੀ। ਕੋਈ ਬਾਹਰੋਂ ਹਮਲਾ ਕਰ ਤਾਂ ਨਹੀਂ ਆਇਆ ਕਿ ਕਿਉਂ ਮੁਸਲਮਾਨ ਰੱਖੇ ਆ? ਕੋਈ ਨਹੀਂ। ਠੀਕ ਹੈ, ਕੋਈ ਨਹੀਂ। ਅੱਛਾ ਅੱਛਾ। ਜਿਹੜੇ ਤੁਹਾਡੇ ਪਿੰਡ ਦੇ ਮੁਸਲਮਾਨ ਸੀ, ਕੋਈ ਨਾਂ ਚੇਤੇ ਜਿਹੜੇ ਪਾਕਿਸਤਾਨ ਚਲੇ ਗਏ? ਨਹੀਂ, ਉਹ ਤਾਂ ਚੇਤਾ ਬਜ਼ੁਰਗਾਂ ਨੂੰ ਹੁੰਦਾ ਨਾ, ਉਹਨਾਂ ਨੂੰ ਤੁਹਾਨੂੰ ਨਹੀਂ ਪਤਾ? ਸਾਡਾ ਇੱਥੇ ਮਸੀਤ ਸੀਗੀ ਜਿੱਥੇ ਤੁਸੀਂ ਆਪ। ਹਾਂ, ਮਸੀਤ ਮੈਂ ਉਹੀ ਦੱਸ ਰਿਹਾ ਸੀ, ਮਸੀਤ ਚਾਹੀਦੀ ਸੀ ਇੱਥੇ, ਮਸੀਤ ਘਟਾਈ ਹੈ ਬਈ। ਮਸੀਤ ਜੇ ਮੁਸਲਮਾਨ ਇੱਥੇ ਹੈ ਸਨ, ਉਹਨਾਂ ਦੇ ਹਵਾਲੇ ਕਰ ਲੈਣੀ ਚਾਹੀਦੀ ਸੀ, ਉਹਨਾਂ ਦੀ ਵਿਰਾਸਤ ਹੈ। ਅਸੀਂ ਬਸਿੰਦੇ ਹਾਂ ਇੱਥੇ। ਤੁਸੀਂ ਬਸਿੰਦੇ ਹੀ ਹੋ, ਅਤੇ ਮਸੀਤ ਕਿਉਂ ਘਟਾਈ ਇਹਨਾਂ ਨੇ? ਮਸੀਤ ਉਹ ਅਸੀਂ ਕਈ ਵਾਰੀ ਇੱਥੇ ਪ੍ਰੈਸ਼ਰ ਖਿੱਟਿਆ ਬਣਾਉਣ ਵਾਸਤੇ, ਤਿਆਰੀ ਕੋਸ਼ਿਸ਼ ਕੀਤੀ। ਅੱਛਾ ਜੀ। ਉਹਨਾਂ ਦੇ ਬਾਪ ਨੇ ਕਿਹਾ ਵੀ ਤੁਸੀਂ ਬਣਾ ਲਿਓ ਅੱਜ ਤੋਂ 30 ਸਾਲ ਦੀ ਗੱਲ। ਹਾਂ, ਉਹ ਪੂਰੇ ਹੋ ਗਏ ਬਾਹਰ ਕਨੇਡਾ ਦੇ ਵਿੱਚ ਆਪਣੇ ਮੁੰਡੇ ਕੋਲ। ਅੱਛਾ। ਜਾਣਾ ਨਹੀਂ ਚਾਹੁੰਦੇ ਸੀ ਬਾਹਰ, ਉਹ ਬਾਹਰ ਹੀ ਰਹਿ ਗਿਆ। ਇੱਥੇ ਵੱਡੇ ਭਰਾ ਨੇ ਕਹਿੰਦੇ ਵੀ ਅਸੀਂ ਨਹੀਂ ਬਣ ਜਾਣੀ, ਸਾਡੇ ਨਾਂ ਆਇਆ। ਅੱਛਾ, ਇਹ ਅਸੀਂ ਲੈ ਲਈ ਹੈ, ਲੀਜ਼ ਤਾਂ ਲੈ ਲਈ ਹੋਣੀ ਹੈ ਵਕਫ ਦੀ ਜਗ੍ਹਾ ਉਹਨਾਂ ਨੇ। ਅੱਛਾ। ਅੱਛਾ ਜੀ। ਤੁਹਾਡੀ ਕਿਸੇ ਮਦਦ ਨਹੀਂ ਕੀਤੀ ਵੀ ਜਗ੍ਹਾ ਇੰਨੀ ਛਡਾ ਦਿੰਦਾ? ਨਹੀਂ, ਕਿਸੇ ਨੇ ਨਹੀਂ ਕੀਤੀ। ਪਿੰਡ ਵਾਲਿਆਂ ਨੇ ਮਦਦ ਕੀਤੀ? ਪਿੰਡ ਵਾਲਿਆਂ ਨੇ ਨਹੀਂ ਕੀਤੀ। ਵੈਸੇ ਹੁਣ ਠੀਕ ਠਾਕ ਹੋ? ਭਾਈਚਾਰਾ ਵਧੀਆ ਤੁਹਾਡਾ? ਵਧੀਆ, ਆਪਣੇ ਆਪਣੇ ਘਰ ਬਣਾਏ ਆ ਬਹੁਤ। ਅੱਛਾ ਜੀ, ਸੁਖੀ ਵੱਸ ਰਹੇ ਹੋ? ਕਦੀ ਕਿਸੇ ਨੇ ਕਿਹਾ ਨਹੀਂ ਤੁਸੀਂ ਇਸਲਾਮ ਵਾਲੇ ਨੇ ਬੰਦੇ? ਨਹੀਂ ਨਾ, ਕਿਸੇ ਨੇ ਨਹੀਂ ਕਿਸੇ ਨੇ ਕਿਹਾ, ਪੂਰੇ ਪਿਆਰ ਨਾਲ ਪੂਰੀ ਭਾਈਚਾਰਾ ਨਾਲ ਰਹਿੰਦੇ ਹੋ? ਜਗ੍ਹਾ ਮੁਕਾਮ ਕਰਕੇ ਰੱਖ ਲਈ ਜੱਟਾਂ ਲੋਕਾਂ ਨੇ। ਅੱਛਾ ਜੀ। ਜਿਹਨੂੰ ਮੰਨਦੇ ਸੀਗੇ ਉਹ? ਹਾਂ ਹਾਂ। ਕਿੱਥੇ? ਤੁਹਾਡੇ ਵਿੱਚੋਂ ਕੋਈ ਚਲੇ ਵੀ ਗਏ ਪਾਕਿਸਤਾਨ ਤੁਹਾਡੇ ਪਰਿਵਾਰਾਂ ਚੋਂ? ਰਾਈਆਂ ਦਾ, ਉਹ ਸਾਰੇ ਚਲੇ ਗਏ ਰਾਈ? ਕਦੀ ਪਾਕਿਸਤਾਨ ਨੂੰ ਮਿਲਣ ਆਇਆ ਇੱਧਰ ਪਿੰਡ ਆਇਆ ਵੇਖਣ? ਚਿੱਠੀ ਆਈ ਸੀਗੀ ਇੱਥੇ ਬੰਦਿਆਂ ਨੂੰ, ਉਰਦੂ ਵਿੱਚ ਸੀਗੀ। ਅੱਛਾ, ਕਿੱਥੋਂ ਆਈ ਸੀ? ਪਾਕਿਸਤਾਨ ਤੋਂ। ਫਿਰ ਉਹ ਸਾਨੂੰ ਪਤਾ ਨਹੀਂ ਸੀਗਾ ਇਸ ਗੱਲ ਦਾ। ਕੀ ਦੱਸਦੇ, ਕਿੱਥੇ ਰਹਿ ਰਹੇ ਨੇ ਉਹ? ਉਹ ਬਸ ਉੱਥੇ ਕਹਿੰਦੇ ਪਾਕਿਸਤਾਨ ਹੀ ਰਹਿ ਰਹੇ ਆ, ਵੀ ਸਾਡਾ ਕੋਈ ਹੈ। ਹਾਂ, ਤੇ ਉਹ ਗੌਰੀ ਨਹੀਂ ਕੀਤੀ ਕਿਸੇ ਨੇ ਚਿੱਠੀ? ਚਿੱਠੀ ਦਾ ਜਵਾਬ ਨਹੀਂ ਦਿੱਤਾ? ਜਵਾਬ ਨਹੀਂ ਦਿੱਤਾ। ਮੁੜ ਕੇ ਨਹੀਂ ਆਈ ਚਿੱਠੀ? ਮੁੜ ਕੇ ਇੱਕ ਵਾਰੀ ਆ, ਮੁੜ ਕੇ ਨਹੀਂ ਆਈ। ਬੀਬੀ ਹੈਗੀ ਉੱਥੇ ਬਾਂਡੇ ਸਾਡੇ ਨਾਨਕੇ ਆ, ਉਹ ਵੀ ਸਾਰੇ ਉਹਦੇ ਮਾਂ ਪਿਓ ਉੱਥੇ ਪਾਕਿਸਤਾਨ ਚ। ਕਿੱਥੇ ਰਹੇ?
ਕਿੰਨੇ ਘਰ ਹੋ ਗਏ ਤੁਸੀਂ ਮੁਸਲਮਾਨਾਂ ਦੇ ਇੱਥੇ? ਸਾਡੇ ਘਰ ਇੱਥੇ 7 ਆ, 2 ਭਰਾ ਤਾਂ ਪੂਰੇ ਹੋ ਗਏ ਜੀ ਅੱਲਾਹ ਦੇ ਘਰ। ਅੱਛਾ ਜੀ, ਇੰਤਕਾਲ ਹੋ ਗਿਆ, 2 ਭਰਾਵਾਂ ਦਾ ਹੀ 7 ਭਰਾ ਰਹਿ ਗਏ ਜੀ, 5 ਰਹਿ ਗਏ। 5 ਰਹਿ ਗਏ ਆ, 5 ਘਰ ਆ, 5 ਆ, 7 ਘਰ ਆ ਉਹਨਾਂ ਨੇ ਨਿਆਣੇ। ਤੇ ਮਸਜਿਦ ਬਣਾਈ ਹੁਣ ਵੱਖਰੀ? ਮਸਜਿਦ ਨਹੀਂ ਬਣਾਈ, ਉਸੇ ਕਰਕੇ ਘੁੰਮਦੇ ਫਿਰਦੇ ਨੇ, ਮਸਜਿਦ ਬਣਨੀ ਚਾਹੀਦੀ ਨਾ, ਬਣਾਉਣੀ ਚਾਹੀਦੀ। ਕਹਿੰਦੇ ਬਣਾਈ ਗੁਜਰਾਂ ਜਿੱਥੇ ਮਸਜਿਦ ਆ ਉੱਥੇ, ਉਹ ਤਾਂ ਫਿਰ ਗੁਜਰਾਂ ਦੀ ਆ ਨਾ। ਅੱਛਾ, ਉੱਥੇ ਤੁਸੀਂ ਨਹੀਂ ਜਾਂਦੇ? ਅਸੀਂ ਨਹੀਂ ਜਾਈਦਾ। ਅੱਛਾ ਜੀ, ਮਸਜਿਦ ਬਹੁਤ ਚਾਹੀਦੀ ਸੀ, ਮਸਜਿਦ ਤਾਂ ਚਾਹੀਦੀ ਹੈ ਬਾਈ, ਪਿੰਡ ਦੇ ਵਿੱਚ ਚਾਹੀਦੀ ਤਾਂ ਫਿਰ ਥਾਂ ਲੈ ਕੇ ਦੇਣ ਸਾਨੂੰ। ਹਾਂਜੀ, ਦਰਖਾਸਤ ਲਿਖ ਕੇ ਦਿਓ ਸਰਪੰਚ ਨੂੰ। ਹਾਂ, ਦਿੰਦੇ ਹਾਂ ਫਿਰ। ਹਾਂਜੀ, ਆਓ ਸਾਨੂੰ ਮਸਜਿਦ ਨੂੰ ਜਗ੍ਹਾ ਦਿੱਤੀ ਜਾਵੇ। ਹਾਂਜੀ, ਠੀਕ ਹੈ ਨਾ ਜੀ, ਅਤੇ ਅਸੀਂ ਵੀ ਮਦਦ ਕਰਾਂਗੇ। ਉਹ ਫਿਰ ਕਿੱਥੇ ਲੈ ਕੇ ਜਾਈਏ ਜੀ? ਹਾਂਜੀ, ਕਿੱਥੇ ਲੈ ਕੇ ਜਾਈਏ? ਸਰਪੰਚ ਨੂੰ ਦਿਓ। ਅੱਛਾ ਜੀ, ਆਓ, ਠੀਕ ਹੈ ਨਾ, ਇੱਕ ਇੱਕ ਵਕਫ ਬੋਰਡ ਨੂੰ ਦਿਓ। ਠੀਕ ਆ, 2 ਦੇ ਦਈਏ? ਹਾਂ, 2 ਦੇ ਦਿਓ। ਠੀਕ ਆ ਜੀ, ਚੰਗਾ ਜੀ, ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ।